ਨਕੋਦਰ ਵਿੱਚ ਐਤਵਾਰ ਨੂੰ ਚੋਰਾਂ ਵੱਲੋਂ ਦੋ ਬੈਂਕਾਂ ਵਿੱਚ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਵਿਖੇ ਕੈਨਰਾ ਬੈਂਕ 'ਚ ਚੋਰਾਂ ਵੱਲੋਂ ਏਟੀਐਮ ਨੂੰ ਤੋੜ ਕੇ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਬੈਂਕ ਦੇ ਮੈਨੇਜਰ ਸੰਜੇ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਾ ਵਿੱਚ ਚੋਰਾਂ ਦੀਆਂ ਤਸਵੀਰਾਂ ਆ ਚੁੱਕੀਆਂ ਹਨ। ਇਸ ਏਟੀਐਮ ਵਿੱਚ ਲਗਭਗ 3 ਲੱਖ ਰੁਪਏ ਕੈਸ਼ ਸੀ। ਇਸੇ ਹੀ ਤਰ੍ਹਾਂ ਦੂਜੀ ਚੋਰੀ ਪਿੰਡ ਸੋਹਲ ਜਗੀਰ ਵਿਖੇ ਚੋਰਾਂ ਨੇ ਸ਼ਾਖਾ ਦੀ ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ। ਬੈਂਕ ਦੇ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵਿੱਚ ਲਗਭਗ 11 ਲੱਖ ਰੁਪਏ ਮੌਜੂਦ ਸੀ ਅਤੇ ਸੀਸੀਟੀਵੀ ਕੈਮਰੇ ਵੀ ਚੋਰਾਂ ਨੇ ਤੋੜ ਦਿੱਤੇ ਹਨ। ਖਬਰ ਲਿਖੇ ਜਾਣ ਤੱਕ ਇਸ ਘਟਨਾ ਦੀ ਜਾਂਚ ਕਰਨ ਫਿੰਗਰਪ੍ਰਿੰਟ ਟੀਮ ਵੀ ਪਹੁੰਚ ਚੁੱਕੀ ਸੀ। ਇਹਨਾਂ ਦੋਵਾਂ ਘਟਨਾਵਾਂ ਨੂੰ ਲੈ ਕੇ DSP ਜਸਵਿੰਦਰ ਸਿੰਘ ਬਰਾੜ, ਸ਼ਾਹਕੋਟ, SHO ਰਮਨ ਕੁਮਾਰ ਮਹਿਤਪੁਰ ਪੁਲਿਸ ਟੀਮ ਨਾਲ ਪਹੁੰਚੇ ਤੇ ਇਹਨਾਂ ਦੋਵਾਂ ਥਾਵਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਤੁਹਾਡਾ ਨਾਮ ਕੀ ਹੈ? ਸੁਖਵਿੰਦਰ ਸਿੰਘ। ਹਾਂਜੀ, ਕਿਹੜੀ ਬੈਂਕ ਦੇ ਮੈਨੇਜਰ ਆ ਤੁਸੀਂ? ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਬ੍ਰਾਂਚ ਸੋਜ ਜੀ। ਅੱਛਾ ਜੀ, ਇੱਥੇ ਕੀ ਗੱਲਬਾਤ ਹੋਈ ਆ? ਇੱਥੇ ਜੀ ਸਾਨੂੰ ਸਵੇਰੇ ਅੱਜ 5:53 ਤੇ ਜਿਹੜੇ ਸੈਟੀ ਦਾ ਸੇਵਾਦਾਰ ਕੁਲਵੰਤ ਸਿੰਘ ਨੇ ਫੋਨ ਕੀਤਾ ਵੀ ਬੈਂਕ ਦੇ ਤੁਹਾਡੇ ਗੇਟ ਖੁੱਲ੍ਹੇ ਪਏ ਆ, ਅਤੇ ਅਸੀਂ ਮੈਂ ਉਸ ਤੋਂ ਬਾਅਦ ਮੈਂ ਰਣਜੀਤ ਸਿੰਘ ਨੂੰ ਫੋਨ ਕੀਤਾ ਆਪਣੇ ਜਾਣ 'ਚ, ਅਤੇ ਉਸ ਤੋਂ ਬਾਅਦ ਅਸੀਂ ਤਿਆਰ ਹੋ ਕੇ ਬੈਂਕ 'ਚ ਆਏ ਹਾਂ। ਅਤੇ ਆਣ ਕੇ ਦੇਖਿਆ ਬੈਂਕ ਦੇ 2 ਤਾਲੇ ਟੁੱਟੇ ਹੋਏ ਸੀ। ਇੱਕ ਸਾਡਾ ਕੈਮਰਾ ਬਾਹਰਲਾ ਜਿਹੜਾ ਉਹ ਮੇਨ ਗੇਟ 'ਤੇ ਸੀਗਾ, ਉਹ ਤੋੜ ਕੇ ਲੈ ਗਏ। ਬੈਂਕ 'ਚ ਕੈਸ਼ ਕਿੰਨਾ ਸੀਗਾ? ਬੈਂਕ 'ਚ ਨੀਅਰ ਅਬਾਊਟ 11 ਲੱਖ ਦੇ ਹੋਊ ਕੈਸ਼। ਅਤੇ ਇੱਥੇ ਸਿਕਿਉਰਿਟੀ ਵਗੈਰਾ ਦਾ ਕੀ ਇੰਤਜ਼ਾਮ? ਨਹੀਂ ਨਹੀਂ, ਇੱਥੇ ਸਿਕਿਉਰਿਟੀ ਹੈ, ਦੈਨ ਸਾਡੇ ਕੋਲ ਹੈਗਾ ਸਿਕਿਉਰਿਟੀ ਗਾਰਡ। ਕੈਮਰਿਆਂ ਦੇ ਵਿੱਚ ਕੁਛ ਆਇਆ? ਕੈਮਰਿਆਂ ਦੇ ਵਿੱਚ ਜਾਣੀ ਕਿ ਰਿਕਾਰਡਿੰਗ ਸਾਫ ਨਹੀਂ ਆਈ ਹੈਗੀ, ਉਹ ਤਾਂ ਵਿੱਚ ਹੈ। ਮੌਕੇ ਤੇ ਪੁਲਿਸ ਪਹੁੰਚੀ? ਪੁਲਿਸ ਕਰਮਚਾਰੀ ਹਾਂ ਸਭ ਆਏ, DSP ਸਾਹਿਬ ਵੀ ਆਏ, SHO ਸਾਹਿਬ ਵੀ ਆਏ, ਹੋਰ ਵੀ ਬਹੁਤ ਸਾਰੇ ਕਰਮਚਾਰੀ ਬੰਦੇ ਹੁੰਦੇ। ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ? ਸ਼ੱਕ ਨਹੀਂ ਹਾਲੇ ਤਾਈਂ ਕੋਈ। ਜ਼ਰਾ ਆਪਕਾ ਨਾਮ ਕਿਆ ਹੈ? ਸੰਜੇ ਕੁਮਾਰ। ਜੀ, ਕੌਣ ਸੀ ਬੈਂਕ ਹੈ? ਇੱਕ ਕੈਨਰਾ ਬੈਂਕ ਪੰਡੋਰੀ ਖਾਸ। ਅੱਛਾ, ਤਾਂ ਕਿਆ ਬਾਤ, ਕਿਆ ਹੋਈ ਹੈ ਜਾਂ? ਸਰ ਅਭੀ ਬਤਾਇਆ ਥਾ ਸੁਬਹ ਮੇਂ ਲੜਕੇ ਨੇ ਕਿ ਏਟੀਐਮ ਤੋੜਨੇ ਕੀ ਕੋਸ਼ਿਸ਼, ਏਟੀਐਮ ਤੋੜ ਦੀ ਗਈ ਹੈ ਔਰ ਉਸਮੇ ਸੇ ਕੈਸ਼ ਨਿਕਾਲਨੇ ਕੀ ਕੋਸ਼ਿਸ਼ ਕੀ ਗਈ ਹੈ। ਕੈਸ਼ ਵਗੈਰਾ ਕਿਤਨਾ ਥਾ ਇਸਮੇ? ਕੈਸ਼ ਤੋ ਸਾਹਮਣੇ 3 ਲੱਖ ਕੈਸ਼ ਪਾਸ ਹੋਗਾ, 3 ਲੱਖ। ਓਕੇ, ਨੁਕਸਾਨ ਵਗੈਰਾ ਹੋਆ ਤਾਂ ਨਹੀਂ ਕੋਈ? ਨਹੀਂ, ਅਭੀ ਉਹ ਪਤਾ ਲੱਗੇਗਾ ਜਦ ਏਟੀਐਮ ਵਾਲੇ ਆਏਗੇ ਨਾ। ਤੋ ਕੈਮਰੇ ਵਗੈਰਾ ਲੱਗੇ ਹੋਏ ਹੈ? ਹਾਂ ਜੀ, ਕੈਮਰੇ ਲੱਗੇ। ਸਿਕਿਉਰਿਟੀ ਦਾ ਕੋਈ ਇੰਤਜ਼ਾਮ? ਬੈਂਕਿੰਗ ਟਾਈਮ ਹੁੰਦਾ ਸੀ। ਤੋ ਚੋਰੀ ਵਗੈਰਾ ਕਿੰਨੇ ਵਜੇ ਕੇ? 4:12 ਕੇ ਐਗਜ਼ੈਕਟ ਟਾਈਮ ਹੈ? ਹਾਂ ਜੀ। ਕੈਮਰਾ ਵੀ ਦੇਖੋ ਤੇ ਪਿੰਡ ਪੰਡੋਰੀ ਖਾਸ ਦੇ ਵਿੱਚ ਕੈਨਰਾ ਬੈਂਕ ਉਹਦਾ ਏਟੀਐਮ ਜਿਹੜਾ ਉਹ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇਨਫੋਰਮੇਸ਼ਨ ਤੇ ਮਿਲਣ ਤੇ ਮੈਂ ਮੌਕੇ ਤੇ ਪਹੁੰਚਿਆ ਸੀ, ਤੇ ਮੌਕੇ ਤੇ ਜਾ ਕੇ ਦੇਖਿਆ ਕਿ ਇੱਟਾਂ ਵੱਟਿਆਂ ਦੇ ਨਾਲ ਉਹ ਏਟੀਐਮ ਨੂੰ ਪਹਿਲਾਂ ਉਹਦੇ ਤਾਲੇ ਕੱਢ ਕੇ ਤੇ ਉਸ ਤੋਂ ਬਾਅਦ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਜਿਹੜੇ ਮੌਕੇ ਤੇ ਕੈਮਰੇ ਲੱਗੇ ਸੀਗੇ ਉਹ ਤੋੜ ਦਿੱਤੇ ਗਏ ਆ। ਤੇ ਇਹਦੇ ਵਿੱਚ ਕੈਸ਼ ਨਹੀਂ ਗਿਆ, ਕੈਸ਼ ਸੇਫ ਹੈ। ਇਸ ਤੋਂ ਇਲਾਵਾ ਪਿੰਡ ਸੋਹਲ ਜਗੀਰ ਸੈਂਟਰ ਕੋਆਪਰੇਟਿਵ ਬੈਂਕ ਹੈ, ਉੱਥੇ ਬੈਂਕ ਦੇ ਵਿੱਚ ਐਂਟਰੀ ਹੋਈ ਹੈ ਤੇ ਕੈਮਰੇ ਜਿਹੜੇ ਸੀਗੇ, ਇੱਕ ਕੈਮਰਾ ਲੈ ਗਏ ਤੇ ਇੱਕ ਕੈਮਰਾ ਜਿਹੜਾ ਸੀ ਉਤਾਰ ਕੇ ਸਾਈਡ 'ਤੇ ਰੱਖ ਦਿੱਤਾ ਗਿਆ, ਅਤੇ ਜੋ ਕੈਸ਼ ਹੈ ਉਹ ਸੇਫ ਹੈ। ਅਸੀਂ ਜਿਹੜਾ ਆਸ ਪਾਸ ਦਾ ਐਡਜ਼ਾਈਨਿੰਗ ਏਰੀਏ ਉਹਦੇ ਵਿੱਚ ਰੂਟਾਂ ਦਾ ਦੇਖ ਰਹੇ ਹਾਂ ਵੀ ਕਿਹੜੇ ਬੰਦੇ ਇੱਥੇ ਰਾਤ ਦੇ ਸਮੇਂ ਇਹਨਾਂ ਵਾਰਦਾਤਾਂ ਵਾਲੀਆਂ ਜਗ੍ਹਾ 'ਤੇ ਐਂਟਰ ਹੋਏ ਆ, ਅਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਆ ਉਹਨਾਂ ਨੂੰ ਜਿਹੜਾ ਡੰਪ ਚੱਕ ਰਹੇ ਹਾਂ, ਅਤੇ ਉਮੀਦ ਹੈ ਵੀ ਜਲਦੀ ਤੋਂ ਜਲਦੀ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਵਾਂਗੇ। ਸਰ, ਕੈਨਰਾ ਬੈਂਕ ਦੇ ਵਿੱਚ ਜਿਹੜਾ ਹੈਗਾ ਕੈਸ਼ ਕਿੰਨਾ ਕੁ ਸੀਗਾ, ਕੋਈ ਆਈਡੀਆ? ਕੈਨਰਾ ਬੈਂਕ ਦੇ ਵਿੱਚ ਬੈਂਕ ਮੈਨੇਜਰ ਮੈਨੂੰ ਅਜੇ ਤੱਕ ਮਿਲੇ ਨਹੀਂ, ਹੁਣ ਦੁਬਾਰਾ ਮੈਂ ਮੌਕੇ 'ਤੇ ਜਾਊਂਗਾ ਅਤੇ ਉਹ ਫਿਰ ਮੈਨੂੰ ਦੱਸਣਗੇ ਕਿੰਨਾ ਸੀ। ਇੱਥੇ ਜਿਹੜਾ ਪਿੰਡ ਸੋਹਲ ਜਗੀਰ ਕਰੀਬ 11 ਲੱਖ ਰੁਪਇਆ ਮੈਨੇਜਰ ਸਾਹਿਬ ਨੇ ਮੈਨੂੰ ਦੱਸਿਆ ਕੈਸ਼ ਸੀਗਾ, ਪਰ ਕੈਸ਼ ਜਿਹੜਾ ਬਿਲਕੁਲ ਸੇਫ। ਅਤੇ CCTV ਕੈਮਰੇ ਦੇ ਵਿੱਚ ਕੋਈ ਕਹਾਣੀ ਆਈ ਹੈ? CCTV ਕੈਮਰੇ ਜਿਹੜੇ ਇੱਥੇ ਲੱਗੇ ਹੋਏ ਨੇ ਪਿੰਡ ਸੋਹਲ ਜਗੀਰ ਦੇ ਪੁਰਾਣੇ ਨੇ, ਅਤੇ ਇਸ ਕਰਕੇ ਅਸੀਂ ਆਸ ਪਾਸ ਦੇ ਕੈਮਰਿਆਂ ਦੀ ਜਿਹੜੀ ਪੜਤਾਲ ਕਰ ਰਹੇ ਹਾਂ, ਅਤੇ ਜੋ ਉੱਥੇ ਹੈਗੇ ਨੇ ਆਪਣੇ ਕੈਨਰਾ ਬੈਂਕ ਦੇ ਵਿੱਚ, ਕੈਨਰਾ ਬੈਂਕ ਦੇ ਵਿੱਚ ਇਹ ਕਰੀਬ ਵਾਰਦਾਤ ਜਿਹੜੀ 1:30 ਵਜੇ ਦੀ ਆ, ਅਤੇ ਜਿਹੜੇ ਮੈਂਬਰ ਨੇ ਜਿਹੜੇ ਚੋਰ ਨੇ ਉਹਨਾਂ ਦੇ ਮੂੰਹ ਬੰਨੇ ਹੋਏ ਆ, ਅਤੇ ਉਹਦੇ ਬਾਰੇ ਅਸੀਂ ਅਜੇ ਕਲੀਅਰ ਨਹੀਂ ਹੈਗਾ ਕਿ ਉਹ ਬੰਦਿਆਂ ਦੀ ਪਛਾਣ ਨਹੀਂ ਹੋ ਰਹੀ। ਸਰ, ਸਿਕਿਉਰਿਟੀ ਵਗੈਰਾ ਇਹਨਾਂ ਬੈਂਕਾਂ 'ਚ ਹੈਗੀ ਆ? ਇਹਨਾਂ ਬੈਂਕਾਂ ਦੇ ਵਿੱਚ ਰਾਤ ਦੇ ਸਮੇਂ ਕੋਈ ਸਿਕਿਉਰਿਟੀ ਨਹੀਂ ਹੈਗੀ, ਜਿਹੜੀ ਅਸੀਂ
ਜਿਹੜਾ ਡੇਲੀ ਇੱਥੇ ਰਾਤ ਬੈਂਕਾਂ ਦੀ ਨਿਗਰਾਨੀ ਰੱਖਦੇ ਹਾਂ ਅਤੇ ਰਾਤ ਵੀ ਜਿਹੜੀ ਆ ਸਾਡੇ ਬੰਦੇ ਜਿਹੜੇ ਆ ਉਹ ਇੱਥੇ ਏਟੀਐਮ ਦੇ ਵਿਜ਼ਿਟ ਕਰਕੇ ਗਏ। ਨਕੋਦਰ ਤੋਂ ਪਨੀਤ ਅਰੋੜਾ ਦੀ ਰਿਪੋਰਟ, ਜਗਤ ਸਿੰਘ, ਵੈਬ ਟੀਵੀ।